ਸਵਾਗਤ ਹੈ ਜੀ ਆਪ ਸਭ ਦਾ। ਤੁਸੀਂ ਦੇਖ ਰਹੇ ਹੋ ਪਬਲਿਕ ਵੋਇਸ। ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇਖ ਹੀ ਰਹੇ ਹੋ। ਬਾਬਾ ਗੁਰਵਿੰਦਰ ਸਿੰਘ ਖੇੜੀ ਅਤੇ ਉਹਨਾਂ ਦੀ ਸੱਸ ਦੀ ਖਬਰ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਬਾਬਾ ਗੁਰਵਿੰਦਰ ਸਿੰਘ ਖੇੜੀ ਅਤੇ ਉਹਨਾਂ ਦੀ ਸੱਸ ਵਿਚਾਲੇ ਇੱਕ ਝਗੜਾ ਹੁੰਦਾ ਹੈ ਅਤੇ ਇਹ ਝਗੜਾ ਕਦੋਂ ਖੂਨੀ ਝੜਪ ਦਾ ਰੂਪ ਧਾਰਨ ਕਰਦਾ ਇਹ ਪਤਾ ਹੀ ਨਹੀਂ ਚੱਲਦਾ। ਦੱਸ ਦਈਏ ਕਿ ਬਾਬਾ ਗੁਰਵਿੰਦਰ ਸਿੰਘ ਖੇੜੀ ਦਾ ਬਿਆਨ ਆਇਆ ਕਿ ਉਹ ਆਪਣੀ ਧਰਮ ਪਤਨੀ ਨੂੰ ਲੈਣ ਲਈ ਆਪਣੇ ਸਹੁਰੇ ਪਰਿਵਾਰ ਜਾਂਦੇ ਨੇ ਅਤੇ ਜਿੱਥੇ ਜਾ ਕੇ ਇਹ ਮਾਮਲਾ ਜਿਹੜਾ ਖੂਨੀ ਝੜਪ ਦਾ ਰੂਪ ਲੈ ਲੈਂਦਾ। ਬਾਬਾ ਗੁਰਵਿੰਦਰ ਸਿੰਘ ਖੇੜੀ ਦੇ ਕਹਿਣ ਮੁਤਾਬਿਕ ਉਹਨਾਂ ਦੇ ਸਾਲੇ ਅਤੇ ਸਹੁਰੇ ਪਰਿਵਾਰ ਵੱਲੋਂ ਉਹਨਾਂ ਉੱਤੇ ਗੱਡੀ ਚੜ੍ਹਾ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਦੂਜੇ ਪਾਸੇ ਉਹਨਾਂ ਦੀ ਸੱਸ ਗੁਰਜੀਤ ਕੌਰ ਜੋ ਕਿ ਫਤਿਹਗੜ੍ਹ ਸਾਹਿਬ ਜੇਰੇ ਇਲਾਜ ਹਨ ਉਹਨਾਂ ਦੇ ਪੱਟ ਵਿੱਚ ਗੋਲੀ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਪਿਛਲੇ ਤਕਰੀਬਨ 2-3 ਮਹੀਨਿਆਂ ਤੋਂ ਇਹ ਜਿਹੜਾ ਮਾਮਲਾ ਵਾਧਾ ਅੱਜ ਖੂਨੀ ਰੂਪ ਧਾਰ ਗਿਆ ਅਤੇ ਬਾਬਾ ਗੁਰਵਿੰਦਰ ਸਿੰਘ ਖੇੜੀ ਅਤੇ ਉਹਨਾਂ ਦੀ ਸੱਸ ਵਿਚਾਲੇ ਤੂੰ ਮੈਂ ਹੁੰਦੀ ਹੈ ਅਤੇ ਜਿਸ ਕਰਕੇ ਕਿਹਾ ਜਾਂਦਾ ਹੈ ਕਿ ਬਾਬਾ ਗੁਰਵਿੰਦਰ ਸਿੰਘ ਖੇੜੀ 'ਤੇ ਇਲਜ਼ਾਮ ਲੱਗੇ ਨੇ ਕਿ ਉਹ ਅਤੇ ਉਹਨਾਂ ਦੇ ਭਰਾ ਵੱਲੋਂ ਰਿਵਾਲਵਰ ਕੱਢ ਕੇ ਉਹ ਆਪਣੇ ਸਹੁਰੇ ਪਰਿਵਾਰ ਉੱਤੇ ਗੋਲੀਆਂ ਚਲਾਉਂਦੇ ਨੇ ਅਤੇ ਇੱਕ ਗੋਲੀ ਜਿਹੜੀ ਉਹਨਾਂ ਦੇ ਸੱਸ ਦੇ ਪੱਟ ਦੇ ਵਿੱਚ ਲੱਗਦੀ ਹੈ ਅਤੇ ਜਿਸ ਕਰਕੇ ਉਹ ਜ਼ਖਮੀ ਹੋ ਜਾਂਦੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ। ਫਿਲਹਾਲ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦਾ ਖੁਲਾਸਾ ਗੁਰਵਿੰਦਰ ਸਿੰਘ ਦੀ ਸੱਸ ਗੁਰਜੀਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਵੀ ਲਾਈਵ ਹੋ ਕੇ ਇਹ ਵੀਡੀਓ ਹੈ ਜਿਹੜੀ ਜਨਤਕ ਕੀਤੀ ਸੀ ਅਤੇ ਬਾਬਾ ਗੁਰਵਿੰਦਰ ਸਿੰਘ ਖੇੜੀ ਜਿਨ੍ਹਾਂ ਦਾ ਇਹ ਬਿਆਨ ਸਾਹਮਣੇ ਆ ਰਿਹਾ ਹੈ ਕਿ ਉਹ ਸਿਰਫ ਆਪਣੀ ਧਰਮ ਪਤਨੀ ਨੂੰ ਲੈਣ ਲਈ ਆਪਣੇ ਸਹੁਰੇ ਪਰਿਵਾਰ ਗਏ ਸੀ ਅਤੇ ਜਿੱਥੇ ਉਹ ਆਪਣੇ ਪਤਨੀ ਦੇ ਨਾਨੀ ਜੀ ਨੂੰ ਵੀ ਨਾਲ ਲੈ ਕੇ ਜਾਂਦੇ ਨੇ ਅਤੇ ਪਰ ਉੱਥੇ ਇਹ ਮਾਮਲਾ ਕਦੋਂ ਵੱਧ ਜਾਂਦਾ ਹੈ ਉਹਨਾਂ ਨੂੰ ਵੀ ਪਤਾ ਨਹੀਂ ਲੱਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਉਹਨਾਂ ਦੇ ਨਾਲ ਇਹ ਸਭ ਕੁਝ ਕੀਤਾ ਗਿਆ ਹੈ। ਬਾਬਾ ਗੁਰਵਿੰਦਰ ਸਿੰਘ ਖੇੜੀ ਨੇ ਕਿਹਾ ਕਿ ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ, ਗੱਡੀ ਚੜ੍ਹਾਈ ਗਈ ਹੈ ਉਹਨਾਂ 'ਤੇ ਜਿਸ ਦੇ ਵਿੱਚ ਉਹਨਾਂ ਦੀ ਇੱਕ ਲੱਤ ਵੀ ਟੁੱਟ ਗਈ ਹੈ ਅਤੇ ਉਹਨਾਂ ਦੇ 4 ਦੰਦ ਵੀ ਟੁੱਟ ਗਏ ਨੇ ਅਤੇ ਦੂਜੇ ਪਾਸੇ ਉਹਨਾਂ ਦੀ ਸੱਸ ਗੁਰਜੀਤ ਕੌਰ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਜਵਾਈ ਜਾਣੀ ਕਿ ਬਾਬਾ ਗੁਰਵਿੰਦਰ ਸਿੰਘ ਖੇੜੀ ਤੋਂ ਜਾਣ ਦਾ ਖਤਰਾ ਹੈ। ਇਹ ਕਈ ਵਾਰ ਸਾਡੇ ਪਹਿਲਾਂ ਵੀ ਘਰ ਆ ਕੇ ਰਾਤ ਨੂੰ ਦਰਵਾਜ਼ੇ 'ਤੇ ਰੌਲਾ ਪਾਉਂਦਾ ਸੀ ਅਤੇ ਲੜਾਈ ਝਗੜਾ ਕਰਦਾ ਸੀ, ਜਿਸ ਕਰਕੇ ਇਹ ਮਾਮਲਾ ਹੁਣ ਵਾਧਾ ਹੀ ਚੱਲਿਆ ਗਿਆ ਅਤੇ ਜਿਸ ਕਰਕੇ ਅੱਜ ਇਹ ਮਾਮਲਾ ਜਿਹੜਾ ਖੂਨੀ ਝੜਪ ਦਾ ਰੂਪ ਇਖਤਿਆਰ ਕਰ ਲੈਂਦਾ ਹੈ। ਤੁਸੀਂ ਵੀ ਦੇਖੋ ਤਸਵੀਰਾਂ ਦੇ ਵਿੱਚ ਇਹ ਮਾਮਲਾ ਹੈ ਕੀ ਸੀ, ਇਹ ਮਾਮਲਾ ਇੰਨਾ ਵਧਿਆ ਕਿਉਂ, ਕਿਉਂਕਿ ਦੋਨਾਂ ਧਿਰਾਂ ਵਿਚਾਲੇ ਜਿਹੜੇ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਫਿਲਹਾਲ ਇਹ ਵਿਸ਼ਾ ਹੁਣ ਪੁਲਿਸ ਦੀ ਤਫਤੀਸ਼ ਦੇ ਉੱਤੇ ਜਾ ਕੇ ਖੜ੍ਹਾ ਹੈ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਸਾਬਿਤ ਹੁੰਦਾ ਹੈ। ਫਿਲਹਾਲ
ਪੁਲਿਸ ਵੀ ਜਿਹੜੀ ਇਸ ਮਾਮਲੇ ਦੇ ਉੱਤੇ ਡੂੰਘਾਈ ਦੇ ਨਾਲ ਕਹਿ ਲਈਏ ਤਫਤੀਸ਼ ਕਰ ਰਹੀ ਹੈ ਅਤੇ ਹੁਣ ਅੱਗੇ ਜਾ ਕੇ ਇਹ ਵੇਖਣਾ ਹੋਵੇਗਾ ਕਿ ਇਹ ਮਾਮਲਾ ਆਖਰ ਹੈ ਕੀ ਸੀ, ਗਲਤੀ ਕਿਸ ਦੀ ਸੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਦੋਂ ਪੁਲਿਸ ਸਾਰਾ ਕੁਝ ਵੈਰੀਫਾਈ ਕਰਕੇ ਲੋਕਾਂ ਦੇ ਅੱਗੇ ਰੱਖੇਗੀ। ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਅਤੇ ਇਸ ਵੀਡੀਓ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰੋ, ਕਿਉਂਕਿ ਜੋ ਬਾਬਾ ਕਹਿ ਲਈਏ ਲੋਕਾਂ ਨੂੰ ਗਿਆਨ ਪ੍ਰਵਚਨ ਦਿੰਦਾ ਸੀ ਅਤੇ ਉਹ ਖੁਦ ਹੀ ਇਸ ਵਿਵਾਦ ਦੇ ਵਿੱਚ ਉਲਝ ਗਿਆ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਮਾਮਲਾ ਆਖਰ ਕਿਸ ਹੱਦ ਤੱਕ ਜਾਂਦਾ ਹੈ।